ਨਾਜ਼ਰੀਨ ਸਾਡੇ ਨਾਲ ਮੌਜੂਦ ਨੇ ਪੰਜਾਬ ਦੇ ਹੀਰੋ ਔਰ ਟਿਕਟੋਕ ਬੜੇ ਸਟਾਰ ਜਿਨ੍ਹਾਂ ਨੇ ਪੰਜਾਬ ਦਾ ਨਾਮ ਜਿਹੜਾ ਰੋਸ਼ਨ ਕੀਤਾ ਔਰ ਬੜੇ ਦਿਨਾਂ ਦੇ ਵਿੱਚ ਕਾਫੀ ਉੱਚੀ ਉਚਾਈ ਤੱਕ ਜਿਹੜਾ ਫੇਮਸ ਹੋਏ ਨੇ ਵਿਕਾਰ ਪਿੰਡਰ ਸਾਹਿਬ ਅੱਜ ਫੈਸਲਾਬਾਦ ਦੇ ਵਿੱਚ ਪੰਜਾਬ ਸਲੀਕ ਮੇਲੇ ਚ ਆਇਨੇ ਤੇ ਖਸੂਸੀ ਤੌਰ ਤੇ ਸੀਨਾ ਕੋ ਟਾਈਮ ਲਿਆ ਵਕਾਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਅੱਛਾ ਇਹ ਦੱਸੋ ਕਿ ਡੈਫੀਨਿਟਲੀ ਤੁਹਾਨੂੰ ਇਹ ਪਹਿਲੇ ਵੀ ਬੜੀ ਬੜੀ ਸਵਾਲ ਹੁੰਦਾ ਹੋਣਾ ਕਿ ਐਡੀ ਜਲਦੀ ਹਿੱਟ ਕੀਤਾ ਹੋਗੇ ਤੇ ਮੇਰਾ ਵੀ ਇਹੀ ਸਵਾਲ ਆ ਕਿ ਟਿਕਟੋਕਰ ਨੌਜਵਾਨਾਂ ਨੂੰ ਕੀ ਪੈਗਾਮ ਦੋਗੇ ਕਿ ਐਡੀ ਜਲਦੀ ਹੋ ਤੁਹਾਡੇ ਮੰਗੋ ਫੇਮਸ ਹੋ ਜਾਣਾ ਮੈਨੂੰ ਇਹ ਲੱਗਦਾ ਹੈ ਕਿ ਮੈਂ ਪੰਜਾਬੀ ਦੀ ਵਾਇ ਤੋਂ ਕਿਉਂਕਿ ਪੰਜਾਬੀ ਕੰਟੈਂਟ ਜਿਹੜਾ ਸੀ ਨਾ ਕੋਈ ਨਹੀਂ ਸੀ ਬਣਾ ਰਿਹਾ ਤੇ ਮੈਂ ਪੰਜਾਬੀ ਬੋਲ ਕੇ ਵੀਡੀਓ ਬਣਾਉਣੀ ਸਟਾਰਟ ਕੀਤੀਆਂ ਪਿੰਡ ਦਾ ਕਲਚਰ ਦਿਖਾਇਆ ਪੰਜਾਬ ਦਾ ਜੋ ਸਾਡਾ ਕਲਚਰ ਸੀ ਤੇ ਉਹਦੀ ਵਜ੍ਹਾ ਤੋਂ ਲੋਕ ਪਸੰਦ ਕਰਦੇ ਕਿਉਂਕਿ ਦੇਖੋ ਕਾਫੀ ਬੰਦੇ ਐਸੇ ਨੇ ਜਿਹੜਾ ਪੰਜਾਬ ਛੱਡ ਕੇ ਇੱਧਰਲੇ ਪੰਜਾਬ ਦੇ ਹੋ ਗਏ ਜਾਂ ਪਰਲੇ ਪੰਜਾਬ ਦੇ ਹੋ ਗਏ ਛੱਡ ਕੇ ਬਾਹਰ ਜਾ ਚੁੱਕੇ ਨੇ ਤੇ ਉਹ ਜਦੋਂ ਮੋਬਾਈਲਾਂ ਤੇ ਦੇਖਦੇ ਨੇ ਨਾ ਪਿੰਡ ਦੀ ਵੀਡੀਓ ਇੱਕ ਐਸੀ ਚੀਜ਼ ਏ ਜਿੱਡਾ ਮਰਜ਼ੀ ਪੜਿਆ ਲਿਖਿਆ ਬੰਦਾ ਹੋਵੇ ਉਹ ਇੱਕ ਵਾਰੀ ਉਹਦੇ ਉੱਤੇ ਰੁਕੇਗਾ ਜ਼ਰੂਰ ਕਿ ਯਾਰ ਮੈਂ ਦੇਖਾਂ ਕੀ ਚੀਜ਼ ਆ ਕਿਉਂਕਿ ਸ਼ੁਰੂ ਤੋਂ ਉਹਦੇ ਨਾਲ ਜੁੜਿਆ ਹੁੰਦਾ अच्छा वार भाई ये दसो के तुसी पਿੰਡ ਦਾ ਕਲਚਰ ਤੇ ਮੁਤਾਰਫ ਕਰਾਇਆ ਲੇਕਿਨ ਬਹੁਤ ਸਾਰੀਆਂ ਅਸੀਂ ਹੋਰ ਵੀ ਵੀਡੀਓਜ਼ ਦੇਖਦੇ ਆਂ ਲੇਕਿਨ ਤੁਹਾਡਾ ਇੱਕ ਬੋਲਣ ਦਾ ਸਟਾਈਲ ਬੜਾ ਡਿਫਰੈਂਸ ਸੀ ਸ਼ੁਰੂ ਸ਼ੁਰੂ ਮੈਂ ਬੜਾ ਤੁਹਾਨੂੰ ਫੋਲੋ ਕੀਤਾ ਬੜਾ ਦੇਖਿਆ ਤੁਸੀਂ ਨਹੀਂ ਨਹੀਂ ਅਨਫੋਲੋ ਨਹੀਂ ਕੀਤਾ ਤੁਸੀਂ ਸ਼ੁਰੂ ਸ਼ੁਰੂ ਤੇ ਗੱਲਾਂ ਕਰਦੇ ਹੁੰਦੇ ਸੀ ਥੁੜੀਆਂ ਜੀਆਂ ਇਸਲਾਮੀ ਤੇ ਬੜੀ ਮੁਹਾਵਰੇ ਬੜੇ ਬੋਲਦੇ ਸੀ ਤੇ ਕੁਝ ਦੁਖੀ ਮੁਹਾਵਰੇ ਸੀ ਉਹ ਕਿਹਦੇ ਲਈ ਬੋਲਦੇ ਸੀ ਚਲੋ ਤੁਹਾਨੂੰ ਪਤਾ ਇਹਨਾਂ ਨੂੰ ਕੀ ਦੱਸਣਾ ਹੈ ਅੱਛਾ ਚਲੋ ਮੈਨੂੰ ਤੇ ਨਾ ਦੱਸੋ ਮੈਨੂੰ ਵੀ ਨਾ ਦੱਸੋ ਉਹਨਾਂ ਨੂੰ ਵੀ ਨਾ ਦੱਸੋ ਤੁਹਾਨੂੰ ਤੇ ਪਤਾ ਲੱਗ ਹੀ ਗਿਆ ਤਾਂ ਹੀ ਪੁੱਛ ਰਹੇ ਇਹਨਾਂ ਨੂੰ ਕਿਉਂ ਦੱਸਣਾ ਉਹਨਾਂ ਨੂੰ ਵੀ ਬਿਲ ਨਹੀਂ ਪਤਾ ਚਲੋ ਚਲੋ ਠੀਕ ਹੈ ਵੀ ਬੜੀ ਮਿਹਰਬਾਨੀ ਤੇ ਅੱਛਾ ਵਕਾਰ ਬਾਈ ਇਹ ਦੱਸੋ ਕਿ ਟਿਕਟੋਕ ਸਟਾਰ ਤੁਸੀਂ ਮਾਸ਼ਾਅੱਲਾ ਬਣ ਗਏ ਹੋ ਤੇ ਟਿਕਟੋਕ ਤੋਂ ਮੇਨਸਟ੍ਰੀਮ ਤੱਕ ਵੀ ਮੀਡੀਆ ਦੇ ਵਿੱਚ ਦੇਖਿਆ ਹਾਂ ਤੇ ਮਾਸ਼ਰੇ ਦੇ ਵਿੱਚ ਕਿੱਥੇ ਕਮੀਆਂ ਕੁਤਾਈਆਂ ਦੇਖੀਆਂ ਇਹ ਵੀ ਸਾਨੂੰ ਥੋੜਾ ਜਿਆ ਦੱਸੋ ਬਾਈ ਦੇਖੋ ਕਮੀਆਂ ਮਾਸ਼ਰੇ ਦੀਆਂ ਦੂਰ ਕਮੀਆਂ ਤੇ ਸਾਡੇ ਘਰਾਂ ਤੋਂ ਸਟਾਰਟ ਹੋ ਜਾਂਦੀਆਂ ਹੁਣ ਅਜੇ ਤੇ ਆਪਾਂ ਮੇਲੇ ਦੀ ਗੱਲ ਕਰਦੇ ਆਂ ਪੰਜਾਬੀ ਦੀ ਗੱਲਬਾਤ ਦੇ ਮਤਲਬ ਇੱਥੇ ਜਿਹੜੇ ਬੰਦੇ ਹੋਂ ਨਾਏ ਨੇ ਉਹੀ ਬੰਦੇ ਵਿੱਚ ਤੁਸੀਂ ਦੇਖੋਗੇ ਖੜ ਕੇ ਕਦੀ ਕਿਸੇ ਨਾਲ ਲੱਗੇ ਹੋਣਗੇ ਉਰਦੂ ਬੋਲ ਰਹੇ ਨੇ ਗੱਲ ਅਸੀਂ ਪੰਜਾਬੀ ਦੀ ਕਰਨ ਆਏ ਆ ਤੇ ਇਹ ਕਮੀਆਂ ਹੀ ਨੇ ਸਾਡੇ ਮਾਸਰੇ ਦੀ ਜੇ ਅਸੀਂ মিডিਆ ਦੇ ਵਿੱਚ ਆਪਣੇ ਮਤਲਬ ਥੱਲਿਓ ਤੁਸੀਂ ਉੱਪਰ ਗਏ ਹੋ মিডিਆ ਦੇ ਵਿੱਚ ਕਿੱਥੇ ਕਿੱਥੇ ਕਮੀਆਂ ਦੇਖੀਏ ਭਾਈ ਆਮ ਬੰਦੇ ਵਾਸਤੇ ਜਿਨੇ মিডিਆ ਤੇ ਸਟਾਰ ਬੰਨਾ ਹੈ ਜਾਂ ਕਿਸੇ ਚੀਜ਼ ਨੂੰ ਅੱਗੇ ਲੈ ਕੇ ਚੱਲਣਾ ਉਹਦੇ ਲਈ ਕਿੰਨੀ ਮੁਸ਼ਕਿਲ ਹੈ ਦੇਖੋ سوشل میڈیا ਤੇ ਸਟਾਰ ਬੰਨਾ ਤੇ ਹੁਣ ਮੁਸ਼ਕਲ ਹੀ ਨਹੀਂ ਆ ਜੇ ਤੁਹਾਡੇ ਅੰਦਰ ਕੁਝ ਬੋਲਦਾ ਹੈ ਕਿਉਂਕਿ ਪਲੇਟਫਾਰਮ ਹੀ ਐਸੇ-ਐਸੇ ਦੇ ਦਿੰਦੇ ਨੇ ਇੰਸਟਾਗ੍ਰam ਤੇ ਰੀਲ ਚਲਦੀ ਆ ਫੇਸਬੁਕ ਤੇ ਰੀਲ ਚਲਦੀ ਆ ਟਿਕਟੋਕ ਤੇ ਰੀਲ ਚਲਦੀ ਆ ਤੁਸੀਂ ਕਿਸੇ ਕਿਤੇ ਵੀ ਸ਼ੋਰਟ ਵੀਡੀਓ 15 ਸੈਕਿੰਡ ਦੀ ਤੁਹਾਨੂੰ ਤੇ ਪਿੱਟ ਕੇ ਦੱਸਣਾ ਹੀ ਨਹੀਂ ਪੈਂਦਾ ਕਿ ਮੈਂ ਕਰਦਾ ਹਾਂ ਹੁਣ ਤੇ ਆਸਾਨ ਹੀ ਬਹੁਤ ਹੈ ਅੱਛਾ ਇਹ ਦੱਸੋ ਸੀ ਤੁਹਾਡਾ ਕੁਝ ਜ਼ਿਆਦਾ ਟਾਈਮ ਨਹੀਂ ਲੈਂਦੇ ਇਹ ਦੱਸੋ ਕਿ ਸਾਡੇ ਨੌਜਵਾਨਾਂ ਨੂੰ ਕੀ ਪੀਗਾਮ ਦੇਵੋਗੇ ਅੱਗੇ ਜਿਹੜੇ ਟਿਕਟੋਕ ਤੇ ਆਣਾ ਚਾਹੁੰਦੇ ਨੇ ਜਾਂ ਮਾਸ਼ਰੇ ਵਾਸਤੇ ਕੁਝ ਕਰਨਾ ਚਾਹ ਮੈਂ ਉਹਨਾਂ ਨੂੰ ਇਹ ਹੀ ਕਹਿਣਾ ਚਾਹਾਂਗਾ ਕਿ ਤੁਸੀਂ ਫੇਮਸ ਹੋਣ ਵਾਸਤੇ ਕੋਈ ਇੰਜ ਦਾ ਕਦਮ ਨਾ ਲੈਣਾ ਜਿਹਦਾ ਤੁਹਾਡੇ ਮਾਪਿਓ ਨੂੰ ਸਾਹਮਣਾ ਕਰਨਾ ਪਵੇ ਤਾਂ ਕਿ ਉਹਨਾਂ ਤੁਹਾਨੂੰ ਸਾਂਭਿਆਏ ਬਲਕਿ ਤੁਸੀਂ ਇੰਜ ਦੇ ਕੰਮ ਕਰੋ ਕਿ ਤੁਹਾਡਾ ਮਾਪਿਓ ਗੁਜ਼ਰਦਾ ਹੈ ਲੋਕ ਕਹਿੰਨ ਯਾਰ ਆ ਉਹਦਾ ਆਪੂ ਹੈ ਤੇ ਤੁਹਾਡੇ ਪਿਓ ਦੀ ਵੀ ਇੱਕ ਚੋੜੀ ਹੋਏ ਕਿ ਯਾਰ ਮੇਰੇ ਪੁੱਤਰ ਦੀ ਵਜ੍ਹਾ ਤੋਂ ਅੱਜ ਮੇਰਾ ਨਾਂ ਰੋਸ਼ਨ ਹੋ ਰਿਹਾ ਅੱਛਾ ਇਹ ਦੱਸੋ ਵਕਾਰ ਬਾਈ ਟਿਕਟੌਕ ਸਟਾਰ ਰਹੇ ਹੋ ਤੇ ਕਿਤੇ ਜਨੀ ਨੇ ਰੇ ਉਹ ਮਤਲਬ ਕਿ ਹੁਣ ਤਾਂ ਐਕਸਟ੍ਰੀਮ মিডিਆ ਦੇ ਸਟਾਰ ਵੀ ਬਣ ਗਏ ਹੋ ਨਾ ਤੇ ਇਹ ਦੱਸੋਗੇ ਟਿਕਟੌਕ ਦੇ ਉੱਤੇ ਤੇ ਜਨਤ ਮਿਰਜ਼ਾ ਨੂੰ ਵੀ ਫਿਲਮ ਮਿਲ ਗਈ ਤੇ ਤੁਹਾਨੂੰ ਵੀ ਕੋਈ ਫਿਲਮ ਫਿਲਮ ਦੇ ਕੋਈ ਆਫਰ ਉਫਰ ਹੋਈ ਲੇਖੋ ਫਿਲਮਾਂ ਹੁਣ ਆਫਰ ਦੇ ਬਥੇਰੀ ਹੋਈ ਹੈ ਪਰ ਪੰਜਾਬੀ ਫਿਲਮਾਂ ਦੀਆਂ ਤੁਹਾਨੂੰ ਸਟੋਰੀਆਂ ਦੀ ਪਤਾ ਹੈ ਕਿ ਬੜਕਾਂ ਵਾਲੀਆਂ ਇਹ ਵੋ ਸੀਨ ਅਸੀਂ ਉਹਦੇ ਤੋਂ ਹਟ ਕੇ ਕਰਨਾ ਚਾਹ ਰਹੇ ਹਾਂ ਕਰਨਾ ਚਾਹ ਰਹੇ ਨਹੀਂ ਬਲਕਿ ਅਸੀਂ ਕਰ ਰਹੇ ਹਾਂ ਮਨਾ ਰਹੇ ਹਾਂ ਅਸੀਂ ਕਰ ਰਹੇ ਹਾਂ ਵੈਬ ਸੀਰੀ ਕਰ ਰਹੇ ਹਾਂ ਤੇ ਬਹੁਤ ਹੀ ਅੱਛੀ ਜਿਵੇਂ ਆਪਣੇ ਚੜਦੇ ਪੰਜਾਬ ਚ ਉਧਰ ਬਣਦੀਆਂ ਉਦਾਂ ਬਣਾ ਰਹੇ ਆ ਕਿ ਲੋਕ ਘਰ ਬੈ ਕੇ ਕਿਦੋਂ ਤੱਕ ਉਹ ਫਿਲਮ ਜਿਹੜੀ ਹੈ ਬਹੁਤ ਜਲਦੀ ਹੈਗੀ ਫਿਲਮ ਨਹੀਂ ਵੈਬ ਸੀਰੀ ਆ ਰਹੀ ਹੈ ਵੈਬ ਸੀਰੀ ਇਸ ਤੇ ਆਪਣੇ ਕੀ ਦੱਸੋਗੇ ਨਾਜ਼ਰੀਨ ਜਿਹੜੇ ਤੁਹਾਨੂੰ ਤੁਹਾਡੇ ਫਾਲੋਅਰਸ ਨੇ ਕੀ ਦੱਸੋਗੇ ਉਹਨਾਂ ਨੂੰ ਪੈਗਾਮ ਦੋਗੇ ਕਿ ਕਿਦੋਂ ਤੱਕ ਤੁਹਾਡੀ ਫਿਲਮ ਤਕਰੀਬਨ ਕੋਈ 3 ਕੁ ਮਨთ ਲੱਗਣਗੇ 7 ਉਹਦੇ ਐਪੀਸੋਡ ਨੇ ਵੈਬ ਸੀਰੀ ਦੇ ਤੇ ਫੁੱਲ ਪਿੰਡ ਦਾ ਮਾਹੌਲ ਬਹੁਤ ਹੀ ਅੱਛੀ ਹੈ ਤੁਹਾਨੂੰ ਦੇਖਣ ਨੂੰ ਮਿਲੇਗਾ ਮੈਂ ਉਮੀਦ ਕਰਦਾ ਕਿ ਇਹਦੇ ਤੋਂ ਬਾਅਦ ਕਿਸਾਨ ਦੇ ਫਿਲਮਾਂ ਦਾ ਕਲਚਰ ਵੀ ਚੇਂਜ ਹੋਏਗਾ ਅਸੀਂ ਕਰਾਂਗੇ ਇਸ ਹਿਸਾਬ ਨਾਲ ਸਾਡੇ ਜਿਹੜੇ ਮੁੰਡੇ ਨਾਲ ਜੁੜੇ ਨੇ ਕੋਈ ਸੈਲੀਬ੍ਰਿਟੀ ਤੇ ਨਹੀਂ ਉਹਦੇ ਚ ਆ ਰਿਹਾ ਅਸੀਂ ਆਪ ਹੀ ਹਲਕੇ ਕਰ ਰਹੇ ਹਾਂ ਉਧਰੋਂ ਵੀ ਕੋਈ ਆਫਰ ਹੋਈ ਤਾਂ ਨੂੰ ਪੰਜਾਬੀ ਫਿਲਮਾਂ ਦੀ ਕੋਈ ਚੜਦੇ ਉਧਰ ਹਾਂਜੀ ਹੋਏ ਆ ਪਰ ਉਹ ਲੇਟ ਲੇਟ ਹੋਈ ਜਾ ਰਿਹਾ ਕਿਉਂਕਿ ਬਾਹਰ ਦਾ ਪ੍ਰੋਸੀਜਰ ਹੈ ਨਾ ਕੈਨੇਡੀਅਨ ਵੀ ਹਨ ਕਰੀਬ ਤੁਸੀਂ ਇੰਡੀਅਨ ਪੰਜਾਬੀ ਫਿਲਮਾਂ 'ਚ ਵੀ ਨਜ਼ਰ ਆਉਂਦੇ। ਹਾਂਜੀ ਇਨਸ਼ਾਅੱਲਾ। ਲੋ ਜੀ ਬਹੁਤ-ਬਹੁਤ ਸ਼ੁਕਰੀਆ ਵਕਾਰ ਭਿੰਡਰ ਸਾਹਿਬ ਨੇ ਤੁਹਾਨੂੰ ਖਸੂਸੀ ਟਾਈਮ ਦਿੱਤਾ ਤੇ ਤੁਸੀਂ ਉਹਨਾਂ ਦੀਆਂ ਗੱਲਾਂ ਵੀ ਸੁਨੀਆਂ। ਨਾਜ਼ਰੀਨ ਇਹ ਉਹਨਾਂ ਦੀ ਜਿੱਦੋਂ ਵੀ ਮੂਵੀ ਆਈ ਤੁਸੀਂ ਉਹਨੂੰ ਲਾਜ਼ਮੀ ਦੇਖਿਆ ਜੇ ਕਿਉਂਕਿ ਇਹ ਸਾਡੇ ਪੰਜਾਬ ਦੇ ਕਲਚਰ ਨੂੰ ਲੈ ਕੇ ਅੱਗੇ ਚੱਲ ਰਹੇ ਨੇ। ਇਹ ਨੌਜਵਾਨ ਔਰ ਜਿਨ੍ਹਾਂ ਦੇ ਵਿੱਚ ਟਿਕਟੋਕ 'ਤੇ ਕਾਫੀ ਜ਼ਿਆਦਾ ਇਹ ਫੇਮਸ ਹੋ ਗਏ ਨੇ ਤੇ ਨਾਜ਼ਰੀਨ ਸਾਡੀ ਵੀਡੀਓ ਹੋ ਗਿਆ ਤੁਹਾਨੂੰ ਪਸੰਦ ਆਈ ਹੈ ਤੇ ਇਹਦੇ ਤੇ ਜ਼ਰੂਰ ਕਮੈਂਟ ਕਰਿਓ ਸਾਹ-ਸਾਥ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ